ਅੱਜ ਤੁਹਾਨੂੰ ਜਿੰਦਾ ਦਿੱਲੀ ਦੀ ਮਿਸਾਲ ਇੱਕ ਅਜਿਹੀ ਭੈਣ ਦੀ ਕਹਾਣੀ ਦਿਖਾਉਣ ਲੱਗੇ ਹੈ ਜਿਸ ਨੇ ਕੁਦਰਤੀ ਤੌਰ 'ਤੇ ਮਿਲੀ ਕਮਜ਼ੋਰੀ ਨੂੰ ਆਪਣੀ ਕਮਜ਼ੋਰੀ ਨਹੀਂ ਬਣਾਇਆ ਸਗੋਂ ਉਸ ਨੂੰ ਆਪਣੀ ਤਾਕਤ ਬਣਾਇਆ। ਮੇਰੇ ਕੋਲ ਆਪਦਾ ਰਿਕਸ਼ਾ ਸੀ, ਉਹਦੇ 'ਤੇ ਮੈਂ ਕੰਮ ਕਰਦਾਉਂਦੀ ਸੀ ਲੋਕਾਂ ਦੇ, ਜਿਵੇਂ ਕਿਰਾਏ 'ਤੇ ਇੱਦਾਂ ਕਰਾਉਂਦੀ ਸੀ, ਅਤੇ ਚਲੋ ਜਿਵੇਂ ਅਗਲੇ ਪੈਸੇ ਦੇ ਦਿੰਦੇ ਸੀ। ਦੋ ਹਜ਼ਾਰ 2021 'ਚ ਮੈਨੂੰ ਨਾ ਖਾਲਸਾ ਐਡ ਵਾਲਿਆਂ ਨੇ, ਉੱਥੇ ਮੈਂ ਕਿਸਾਨਾਂ 'ਚ ਜਾਂਦੀ ਸੀ, ਮੈਂਬਰ ਆ ਕਿਸਾਨਾਂ 'ਚ, ਫਿਰ ਉਹਨਾਂ ਨੂੰ ਮੈਂ ਕਿਹਾ ਸੀਗਾ ਅਤੇ ਉਹਨਾਂ ਨੇ ਖਾਲਸਾ ਐਡ ਵਾਲਿਆਂ ਨਾਲ ਕੀਤੀ ਸੀ ਗੱਲਬਾਤ, ਫਿਰ ਮੈਨੂੰ ਈ ਰਿਕਸ਼ਾ ਮਿਲਿਆ ਅਤੇ ਹੁਣ 3 ਸਾਲ ਉਹਨਾਂ ਦੀਆਂ ਬੈਟਰੀਆਂ ਚੱਲਦੀਆਂ ਰਹੀਆਂ ਅਤੇ ਹੁਣ ਉਹਨਾਂ ਨਾਲ ਕਿ ਮਹੀਨਾ ਹੋ ਗਿਆ ਖਰਾਬ ਹੋ ਗਈਆਂ, ਹੁਣ ਮੈਂ ਬੈਠੀ ਹਾਂ ਬਹੁਤ ਔਖੀ ਹਾਂ। ਸਰੀਰਕ ਤੁਹਾਡੀ ਕਮਜ਼ੋਰੀ ਹੈ ਇਹ ਬਚਪਨ ਤੋਂ ਹੀ ਹੈ? ਮੈਂ 4-5 ਸਾਲ ਦੀ ਸੀ, 4.5-5 ਸਾਲ ਦੀ ਸੀ। ਫਿਰ ਮੰਮੀ ਹੋਰੇ ਭੱਜ ਨਾ, ਜਿੰਨਾ ਕੁ ਉਸ ਟਾਈਮ ਪੈਸਾ ਸੀਗਾ ਉਹਨਾਂ ਨੇ ਇਲਾਜ ਕਰਾਇਆ ਡਾਕਟਰ ਕੋਲੋਂ, ਗੋਲੇ ਵਾਲੇ ਡਾਕਟਰ ਆਉਂਦੇ ਸੀ ਬਾਹਰੋਂ, ਉਹ ਪੂਰੀ ਮਾੜੀ ਜਿਹੀ ਦਵਾਈ ਦਿੰਦੇ ਜਿੱਥੇ ਜਿੱਥੇ ਲਾਉਣੀ, ਉਹਦੇ ਨਾਲ ਮੈਂ ਚੱਲੀ ਹਾਂ। ਮੈਂ ਆਪਣੇ ਦਿਲ 'ਤੇ ਸਹਿਣ ਕੀਤਾ, ਸਭ ਖੁਸ਼ ਹੈਗਾ ਦੁੱਖ ਹਾਲ ਦੀ ਘੜੀ ਮੇਰੇ ਮਨ ਸਹੀ ਹੋਇਆ ਕਿ ਪਰਮਾਤਮਾ ਇਹਨੂੰ ਅੱਗੇ ਆਉਣ ਵਾਲਾ ਸਮੇਂ ਨੇ ਜਿਹੜੇ ਸੁੱਖ ਦੇ ਆ ਜਾਣ, ਬੱਚੇ ਆਗਿਆਕਾਰੀ ਬਣ ਜਾਣ, ਪੜ੍ਹ ਲਿਖ ਜਾਣ, ਇਹਨੂੰ ਵਾਹਿਗੁਰੂ ਇੰਨੀ ਸਮੱਤ ਦੇਵੇ ਵੀ ਬੱਚਿਆਂ ਨੂੰ ਆਪਦੇ ਕਾਮਯਾਬ ਕਰ ਸਕੇ ਅਤੇ ਸਰਕਾਰ ਇਹਦੀ ਮਦਦ ਕਰੇ। ਵਿਆਹ ਵੇਲੇ ਠੀਕ ਸੀ ਸਥਿਤੀ, ਪਰ ਅੱਗੋਂ ਮੇਰੇ ਹਸਬੈਂਡ ਦੀ ਕਿਸੇ ਨਾਲ ਫਿਰ ਸੀ, ਉਹ ਮਾਰਦਾ ਕੁੱਟਦਾ ਸੀ ਮੈਨੂੰ, ਬਹੁਤ ਜ਼ਿਆਦਾ ਮਾਰਦਾ ਸੀ, ਘੜੀਸ ਘੜੀਸ ਕੇ ਮਾਰਦਾ ਸੀ। ਫਿਰ ਉਹ ਕਹਿੰਦਾ ਸੀ ਮਤਲਬ ਕਿ ਜਿਵੇਂ ਕਿਸੇ ਨਾਲ ਕਿਸੇ ਕੋਲ, ਹੁਣ ਮੈਂ ਕਿਵੇਂ ਸਮਝਾਵਾਂ ਤੁਹਾਨੂੰ, ਵੀ ਕਿਸੇ ਕੋਲ ਜਾਇਆ ਅਤੇ ਪੈਸੇ ਲਿਆ ਦੂਜੀ ਤਰ੍ਹਾਂ, ਮਤਲਬ ਕਿ ਫਿਜੀਕਲ ਰਿਲੇਸ਼ਨ। ਸ਼ਰਾਬ ਵੀ ਬਹੁਤ ਪੀਂਦਾ ਸੀਗੇ ਅਤੇ ਉਸ ਟਾਈਮ ਕੈਪਸੂਲ ਕੁਪਸਲ ਚੱਲਦੇ ਸੀ, ਉਹ ਖਾਂਦਾ ਸੀਗਾ ਸਾਡੇ ਕੋਲ, ਮੈਂ ਯਾਨੀ ਕਿ ਕੁਛ ਨਾ ਕੁਛ ਮੰਗੀ ਗਿਆ ਸਾਰਾ ਜੋ ਸੋਨਾ ਮਾਂ ਪਿਓ ਨੇ ਮਾੜਾ ਮੋਟਾ ਪਾਇਆ। ਬਾਕੀ ਸੇਵਾ ਦੀ ਤਾਂ ਇੱਕ ਮੇਰਾ ਪਰਿਵਾਰ ਬਹੁਤ ਚੰਗਾ ਨੇਕ ਆ, ਸੇਵਾ ਮੇਰੀ ਬਹੁਤ ਕਰਦੇ ਆ, ਅਤੇ ਇਹ ਮੇਰੀ ਲੜਕੀ ਵੀ ਬਹੁਤ ਕਰਦੀ, ਇਹਦੀ ਲੜਕੀ ਵੀ ਮੇਰੀ ਸੇਵਾ ਬਹੁਤ ਕਰਦੀ ਹੈ, ਵਿਚਾਰੀ ਲੜਕੀ ਜਿੱਥੇ ਮੈਂ ਕਹਿ ਦਿਆਂ ਬੇਟਾ ਕਰਨਾ ਉਹੀ ਕਰੂਗੀ ਵਿਚਾਰੀ। ਉਹਨੇ ਉਹ ਜਿਹੜੀ ਉਹਨੇ ਰੱਖੀ ਹੋਈ ਸੀ ਗਰਲਫ੍ਰੈਂਡ, ਉਹਦੇ ਤਾਂ ਉਹਦੇ ਨਾਲ ਭੱਜ ਗਿਆ ਸੀ ਫਿਰ ਗੁੜੀਆ ਤੋਂ ਬਾਅਦ, ਬਹੁਤ ਤਸੱਦਦ ਕੀਤੇ ਉਹਨੇ ਗੁੜੀਆ ਤੋਂ, ਪਹਿਲੇ ਮੇਰੇ 2 ਬੱਚੇ ਵੀ ਜਾ ਚੁੱਕੇ ਨੇ ਉਹਦੇ ਮਾਰਨ ਨਾਲ। ਅਤੇ ਫਿਰ ਉਦੋਂ ਕੀ ਮਨ 'ਚ ਆਇਆ, ਫਿਰ ਉਦੋਂ ਲੱਗੇ ਕਿ ਮਤਲਬ ਜ਼ਿੰਦਗੀ ਜਿਹੜੀ ਖਤਮ ਹੋ? ਬਹੁਤ ਦਿਲ ਟੁੱਟਿਆ ਸੀਗਾ, ਇੱਕ ਦਿਨ ਦਾ ਮੈਨੂੰ ਰਾਤ ਨੂੰ ਬਹੁਤ ਮਾਰਿਆ ਸੀ, ਵਾਲਾਂ ਤੋਂ ਘੜੀਸਿਆ ਸੀ, ਇੱਥੇ ਮੇਰੇ ਅਜੇ ਵੀ ਆਹ ਅੱਖ ਮੇਰੀ 2-3 ਘੰਟੇ ਮੈਨੂੰ ਦਿਖਿਆ ਨਹੀਂ ਸੀ। ਇਹ ਸਕੂਲ ਲੱਗੀ ਹੋਈ ਸੀ ਕਿਸੇ ਦੇ ਨਾਲ, ਪੜ੍ਹਾਉਣ ਜਾਂਦੀ ਸੀ ਛੋਟੇ ਬੱਚਿਆਂ ਨੂੰ, ਅਤੇ ਉੱਥੇ ਉਹ ਆਉਂਦੀ ਸੀਗੀ ਆਪਦੀ ਕੁੜੀ ਨੂੰ ਲੈਣ, ਉਹਨੇ ਫਿਰ ਇਹਨੂੰ ਗੱਲ ਕਹਿੰਦੀ ਗਾਹਕ ਗੱਲ ਕੀਤੀ ਉਹਨਾਂ ਘਰਦਿਆਂ ਨਾਲ ਮੁੰਡੇ ਦੇ, ਅਤੇ ਉਹ ਮਗਰ ਪੈ ਗਏ, ਪਿੱਛੇ ਪੈ ਗਏ ਸਾਡੇ, ਦੇ ਦਿਓ ਜੀ ਅਸੀਂ ਸੁਖੀ ਰੱਖਾਂਗੇ, ਜੇ ਅਸੀਂ ਸੁਖੀ ਕੀ ਰੱਖਣਾ ਸੀ, ਦੁੱਖ 'ਚ ਦੁੱਖ ਹੀ ਮੇਰੇ ਬੱਚੇ ਨੂੰ ਦੇਗੇ ਅੱਗੇ। ਗੁੜੀਆਂ ਤਾਂ ਉਹ ਕਹਿੰਦਾ ਸੀ ਮੈਂ ਮਾਰ ਦੇਵਾਂਗਾ,
ਗੁੜੀਆ ਨੂੰ ਮੈਂ ਕਹਿੰਦਾ ਨਹੀਂ ਰੱਖਣੀ, ਲੜਕਾ ਹੋਏ ਤਾਂ ਰੱਖਣੀ, ਸਹਿ ਜ਼ਿੰਮੇਵਾਰੀ ਨਿਭਾਈਆਂ ਮੈਂ ਆਪਦੇ ਵੱਲੋਂ ਕੋਸ਼ਿਸ਼ ਕੀਤੀ। ਜਦੋਂ ਮੈਂ ਮੇਰੀ ਬੇਬੀ ਹੋਈ ਤਾਂ ਮੈਂ ਵੱਡੇ ਓਪਰੇਸ਼ਨ ਨਾਲ ਹੋਈ ਸੀ, ਮੈਂ ਡਾਕਟਰ ਸਾਹਿਬ ਨੂੰ ਇੱਕ ਹੀ ਗੱਲ ਪੁੱਛੀ ਸੀ, ਮੈਨੂੰ ਆਪਦਾ ਕੋਈ ਨਹੀਂ ਸੀ, ਖੁਸ਼ੀ ਬਹੁਤ ਹੋਈ ਮੈਨੂੰ। ਅਤੇ ਮੈਂ ਉਹ ਪੁੱਛਿਆ ਡਾਕਟਰ ਸਾਹਿਬ ਇਹ ਤੁਰ ਸਕਦੀ, ਕਹਿੰਦੇ ਤੈਨੂੰ ਇਹ ਆਪਦੀ ਬਾਹਾਂ 'ਤੇ ਚੱਕ ਲੈ ਕੇ ਜਾਏਗੀ। ਮੈਨੂੰ ਬਸ ਇੱਕੋ ਹੀ ਸੀ ਮੇਰੇ ਬੱਚੇ ਨਾ ਇੱਦਾਂ ਹੋਣ। ਹਾਂ, ਉਹ ਸਹੀ ਸਲਾਮਤ ਰੱਬ ਦੀ ਦਿਆ ਨਾਲ ਕੋਸ਼ਿਸ਼ ਕਰ, ਰੱਬ 'ਤੇ ਡੋਰੀ ਛੱਡੀ ਹੋਈ ਹੈ, ਜੇ ਕੋਈ ਹੈਲਪ ਦੇ ਦੇਗਾ ਠੀਕ ਹੈ, ਨਾ ਦੇਗਾ ਤਾਂ ਫਿਰ ਰੱਬ ਨਾਲ ਕੁੱਲ ਮੰਗਾਂਗੇ। ਮੇਰਾ ਮਾਂ ਪਿਓ ਕਿਰਾਏ 'ਤੇ ਰਹਿੰਦਾ, ਇਹਨੂੰ ਮਾਰਦਾ ਵੀ ਸੀ, ਇੱਥੇ ਵੀ ਮਾਰਦਾ ਸੀ, ਵੀ ਤੂੰ ਆਪਦੇ ਮਾਂ ਪਿਓ ਨੂੰ ਬਾਹਰ ਕੱਢ ਅਤੇ ਮੇਰੇ ਮਾਂ ਪਿਓ ਨੂੰ ਲਿਆ ਇੱਥੇ। ਹੈਲਪ ਤਾਂ ਮੈਨੂੰ ਨਹੀਂ ਲੱਗਦਾ ਕੋਈ ਕਰਨ ਵਾਲਾ ਬੰਦਾ, ਆਪਣੇ ਸ਼ਹਿਰ 'ਚ ਤਾਂ ਕੋਈ ਨਹੀਂ ਕਰੇਗਾ, ਪੱਥਰਾਂ ਦੇ ਦੁੱਧ ਪਾਉਣ ਵਾਲੇ ਨੇ। ਮੈਂ ਕਿਸੇ ਦੀ ਧਰਮ ਨੂੰ ਕਹਿਣਾ ਨਹੀਂ ਚਾਹੁੰਦੀ, ਪਰ ਲੇਕਿਨ ਨਾ ਉਹਨਾਂ ਨੇ ਕਿਸੇ ਨੇ ਨਹੀਂ ਕਰਨਾ। ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਤੇ ਮੈਂ ਹਫਤਾਰ ਸਿੰਘ। ਅੱਜ ਤੁਹਾਨੂੰ ਜਿੰਦਾ ਦਿੱਲੀ ਦੀ ਮਿਸਾਲ ਇੱਕ ਅਜਿਹੀ ਭੈਣ ਦੀ ਕਹਾਣੀ ਦਿਖਾਉਣ ਲੱਗੇ ਹੈ ਜਿਸ ਨੇ ਕੁਦਰਤੀ ਤੌਰ 'ਤੇ ਮਿਲੀ ਕਮਜ਼ੋਰੀ ਨੂੰ ਆਪਣੀ ਕਮਜ਼ੋਰੀ ਨਹੀਂ ਬਣਾਇਆ, ਸਗੋਂ ਉਸ ਨੂੰ ਆਪਣੀ ਤਾਕਤ ਬਣਾਇਆ, ਘਰ ਬਾਰ ਚਲਾਇਆ। ਲੇਕਿਨ ਅੱਜ ਉਹਨਾਂ ਦੇ ਹਾਲਾਤ ਇਸ ਕਦਰ ਹੈ ਕਿ ਉਹਨਾਂ ਦੇ ਸਿਰ 'ਤੇ ਆਪਣੀ ਛੱਤ ਤੱਕ ਨਹੀਂ ਹੈ, ਘਰ ਦੋ ਰੋ ਵਕਤ ਦੀ ਰੋਟੀ ਕਮਾਉਣ ਦੇ ਪੈਸੇ ਨਹੀਂ ਹੈ। ਰਿਕਸ਼ਾ ਚਲਾ ਕੇ ਆਪਣੇ ਘਰ ਦਾ ਗੁਜ਼ਾਰਾ ਕਰਨ ਵਾਲੀ ਦੇ ਹਾਲਾਤ ਇਹ ਹਨ ਕਿ ਅੱਜ ਰਿਕਸ਼ੇ ਦੀਆਂ ਬੈਟਰੀਆਂ ਖਰਾਬ ਹੋ ਚੁੱਕੀਆਂ ਅਤੇ ਉਹ ਘਰ ਇਸੇ ਉਡੀਕ 'ਚ ਬੈਠੀ ਹੈ ਕਿ ਸ਼ਾਇਦ ਕੋਈ ਮਦਦਗਾਰ ਉਸਦੀ ਮਦਦ ਲਈ ਉਸਦਾ ਹੱਥ ਫੜੇਗਾ ਅਤੇ ਉਸਦਾ ਰਿਕਸ਼ਾ ਦੁਬਾਰਾ ਸੜਕਾਂ 'ਤੇ ਦੌੜੇਗਾ ਅਤੇ ਉਸਦੀ ਜ਼ਿੰਦਗੀ ਦੁਬਾਰਾ ਸ਼ਾਇਦ ਚੰਗੀ ਤਰ੍ਹਾਂ ਗੁਜ਼ਰਨ ਦੇ ਪਟੜੀ 'ਤੇ ਆਵੇਗੀ। ਬਲਵਿੰਦਰ ਕੌਰ ਸਾਡੇ ਨਾਲ ਹੈ, ਉਹਨਾਂ ਦੀ ਜ਼ੁਬਾਨੀ ਹੀ ਆਪਾਂ ਸੁਣਾਂਗੇ ਕਿ ਉਹਨਾਂ ਦੇ ਜ਼ਿੰਦਗੀ ਦੇ ਵਿੱਚ ਅੱਜ ਤੱਕ ਦੇ ਸਫ਼ਰ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਉਸਨੇ ਹਿੰਮਤ ਦਿਖਾਈ ਅਤੇ ਅੱਜ ਔਕੜਾਂ ਦਾ ਸਾਹਮਣਾ ਕਰਨ ਤੋਂ ਬਾਅਦ ਇੱਕ ਵਾਰ ਫਿਰ ਉਹ ਨਿਰਾਸ਼ ਹੋ ਕੇ ਬੈਠੀ ਹੈ। ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਪੰਜਾਬੀ ਲੋਕ ਚੈਨਲ ਦੇ ਵਿੱਚ। ਹਾਂਜੀ ਸਰ, ਸਭ ਤੋਂ ਪਹਿਲਾਂ ਤਾਂ ਇਹੀ ਪੁੱਛਾਂਗੇ ਕਿ ਤੁਹਾਡੀ ਜਿਹੜੀ ਅੱਜ ਦੀ ਜਿਹੜੀ ਸਥਿਤੀ ਹੈ, ਕਹਿ ਸਕਦੇ ਹਾਂ ਕਿ ਤੁਸੀਂ ਬੇਬਸ ਹੋ, ਲੇਕਿਨ ਤੁਸੀਂ ਆਪਣੀ ਸਰੀਰਕ ਕਮਜ਼ੋਰੀ ਨੂੰ ਆਪਣੀ ਤਾਕਤ ਬਣਾਇਆ, ਸਮਾਜ ਦੇ ਵਿੱਚ ਵਿਚਰੇ, ਆਪਣਾ ਪਰਿਵਾਰ ਤੁਸੀਂ ਪਾਲਿਆ, ਲੇਕਿਨ ਅੱਜ ਤੁਹਾਡੇ ਹਾਲਾਤ ਕਿਸ ਤਰ੍ਹਾਂ ਦੇ ਹੈ, ਇਹ ਸਾਡੇ ਤੁਸੀਂ ਦਰਸ਼ਕਾਂ ਨੂੰ ਜੋੜ ਦਿਓ ਜੀ। ਪਹਿਲੇ ਤਾਂ ਮੈਂ ਪੜ੍ਹਦੀ ਕਰਦੀ ਸੀ, ਫਿਰ ਮੈਰਿਜ ਹੋਈ, ਫਿਰ ਸਾਰੇ ਜਿਵੇਂ ਜ਼ਿੰਮੇਵਾਰੀਆਂ ਜਿਹੀਆਂ ਨਿਭਾਈਆਂ ਜਿੰਨੀਆਂ ਨਿਭਾਉਣੀਆਂ ਸੀ। ਫਿਰ ਉਸ ਤੋਂ ਬਾਅਦ ਮੇਰੇ ਕੋਲ ਆਪਦਾ ਰਿਕਸ਼ਾ ਸੀ, ਉਹਦੇ 'ਤੇ ਮੈਂ ਕੰਮ ਕਰਦਾਉਂਦੀ ਸੀ ਲੋਕਾਂ ਦੇ, ਜਿਵੇਂ ਕਿਰਾ 'ਤੇ ਇੱਦਾਂ ਕਰਾਉਂਦੀ ਸੀ, ਅਤੇ ਚਲੋ ਜਿਵੇਂ ਅਗਲੇ ਪੈਸੇ ਦੇ ਦਿੰਦੇ ਸੀ। ਫਿਰ ਉਸ ਤੋਂ ਬਾਅਦ ਉਹਨਾਂ ਨਾ ਕਿ 2021 'ਚ ਅਤੇ 2021 'ਚ ਮੈਨੂੰ ਨਾ ਖਾਲਸਾ ਐਡ ਵਾਲਿਆਂ ਨੇ, ਉੱਥੇ ਮੈਂ ਕਿਸਾਨਾਂ 'ਚ ਜਾਂਦੀ ਸੀ, ਮੈਂਬਰ ਆ ਕਿਸਾਨਾਂ 'ਚ, ਫਿਰ ਉਹਨਾਂ ਨੂੰ ਮੈਂ ਕਿਹਾ ਸੀਗਾ ਅਤੇ ਉਹਨਾਂ ਨੇ ਖਾਲਸਾ ਐਡ ਵਾਲਿਆਂ ਨਾਲ ਕੀਤੀ ਸੀ ਗੱਲਬਾਤ, ਫਿਰ ਮੈਨੂੰ ਈ ਰਿਕਸ਼ਾ ਮਿਲਿਆ। ਅਤੇ ਹੁਣ 3 ਸਾਲ ਉਹਨਾਂ ਦੀਆਂ ਬੈਟਰੀਆਂ ਚੱਲਦੀਆਂ ਰਹੀਆਂ ਅਤੇ ਹੁਣ ਉਹਨਾਂ ਨਾਲ ਕਿ ਮਹੀਨਾ ਹੋ ਗਿਆ ਖਰਾਬ ਹੋ ਗਈਆਂ, ਹੁਣ ਮੈਂ ਬੈਠੀ ਹਾਂ ਬਹੁਤ ਔਖੀ ਹਾਂ। ਗੁੜੀਆਂ ਨੂੰ ਵੀ ਕਿਸੇ ਐਨ ਜੀ ਓ ਵਾਲਿਆਂ ਨੂੰ ਕਈਆਂ ਕੱਲ੍ਹ ਬੁੱਕਾਂ ਲੈ ਕੇ ਦਿੱਤੀਆਂ 10ਵੀਂ ਦੀਆਂ, ਅਤੇ ਹੁਣ ਗੁਜ਼ਾਰਾ ਮੁਸ਼ਕਲ ਬਹੁਤ ਚੱਲ ਰਿਹਾ ਮੈਨੂੰ। ਜਿਹੜੀ ਸਰੀਰਕ ਤੁਹਾਡੀ ਕਮਜ਼ੋਰੀ ਹੈ, ਇਹ ਬਚਪਨ ਤੋਂ ਹੀ ਹੈ? ਮੈਂ 4-5 ਸਾਲ ਦੀ ਸੀ
ਸਾਢੇ 4 ਸਾਲ 5 ਸਾਲ ਦੀ ਸੀ। ਹਾਂ, ਬੁਖਾਰ ਹੋਇਆ ਕੀ ਸੀ ਉਦੋਂ? ਜਿਹੜਾ ਬੁਖਾਰ ਚੜ੍ਹਨ ਨਾਲ ਹੋਇਆ ਸੀ। ਹਾਂਜੀ, ਫਿਰ ਉਸ ਤੋਂ ਬਾਅਦ? ਹਾਂਜੀ, ਫਿਰ ਉਸ ਤੋਂ ਬਾਅਦ ਮੈਂ ਬੋਲ ਨਹੀਂ ਸਕਦੀ ਸੀ, ਹੱਥ ਪੈਰ ਮੁੜੇ ਹੋਏ ਸੀ, ਆਹ ਜਿਹੜੇ ਮੇਰੇ ਪਿੱਛੇ ਲੱਗਿਆ ਹੋਇਆ ਸੀ ਵੀ ਲੈਟਰਿੰਗ ਬਾਥਰੂਮ ਵਿੱਚ ਨਿਕਲਦਾ ਸੀ। ਫਿਰ ਮੰਮੀ ਹੋਰੇ ਭੱਜਣਾ ਸੀ, ਜਿੰਨਾ ਕੋਲ ਉਸ ਟਾਈਮ ਪੈਸਾ ਸੀਗਾ ਉਹਨਾਂ ਨੇ ਇਲਾਜ ਕਰਾਇਆ ਡਾਕਟਰ ਕੋਲੋਂ, ਗੋਲੇ ਵਾਲੇ ਡਾਕਟਰ ਆਉਂਦੇ ਸੀ ਬਾਹਰੋਂ, ਉਹ ਪੂਰੀ ਐ ਮਾੜੀ ਜਿਹੀ ਦਵਾਈ ਦਿੰਦੇ ਜਿੱਥੇ ਜਿੱਥੇ ਲਾਉਣੀ, ਉਹਦੇ ਨਾਲ ਮੈਂ ਚੱਲੀ ਹਾਂ। ਉਹਦੇ ਨਾਲ ਲੱਕੜ ਦੀ ਪੌੜੀ 'ਤੇ ਵੀ ਚੜ੍ਹ ਜਾਂਦੀ ਸੀ, ਸਾਡੇ ਪਹਿਲਾਂ ਮੱਝਾਂ ਸੀ, ਗੋਹਾ ਖਿੱਚ ਲੈਂਦੀ ਸੀ ਪਹਿਲਾਂ ਪਾ ਕੇ ਅਤੇ ਲੱਕੜ ਵਾਲੀ ਪੌੜੀ 'ਤੇ ਚੜ੍ਹ ਜਾਂਦੀ, ਵੀ ਯਾਨੀ ਕਿ ਆਪਦੀ ਮੈਂ ਹਿੰਮਤ ਨਹੀਂ ਛੱਡੀ, ਸਾਰਾ ਕੰਮ ਕਰ ਲੈਂਦੀ ਸੀ। ਅਤੇ ਫਿਰ ਉਸ ਤੋਂ ਬਾਅਦ ਪੜ੍ਹਾਈ ਕਿੱਥੋਂ ਤੱਕ ਕੀਤੀ? ਪਲੱਸ 2 ਇੰਗਲਿਸ਼ 10 ਅਤੇ 3 ਸਾਲ ਦਾ ਕੰਪਿਊਟਰ। ਹਾਂਜੀ, ਇਹ ਫਿਰ ਇਸੇ ਤਰ੍ਹਾਂ ਕੀਤਾ ਕਿ ਜਦੋਂ ਚੱਲ ਫਿਰ ਨਹੀਂ ਸਕਦੇ ਸੀ? ਹਾਂਜੀ, ਇਸੇ ਤਰ੍ਹਾਂ ਕੀਤਾ। ਮੇਰੇ ਕੋਲ ਕੀ ਕਹਿੰਦੇ ਰਿਕਸ਼ਾ ਸੀਗਾ ਪਹਿਲਾਂ 3 ਪਹੀਆਂ ਵਾਲਾ। ਹਾਂਜੀ, 2 ਸਾਈਕਲ ਦੇ ਦਿੰਦਾ। ਅੱਛਾ, ਹਾਂਜੀ। ਅੱਛਾ, ਉਹਦੇ 'ਤੇ ਫਿਰ ਜਦੋਂ ਸਕੂਲ ਜਾਂਦੇ ਸੀ ਆਪਣੇ? ਹਾਂਜੀ ਹਾਂਜੀ, ਉਹਦੇ 'ਤੇ। ਹਾਂਜੀ, ਪਰਿਵਾਰ ਦੀ ਜਿਹੜੀ ਸਥਿਤੀ ਕੀ ਸੀ ਉਦੋਂ, ਕਿਸ ਤਰ੍ਹਾਂ ਦਾ ਕੀ ਕੰਮ ਕਰਦੇ? ਉਹਦੇ ਡੈਡੀ ਮੇਰੇ ਲੱਕੜ ਦਾ ਕੰਮ ਕਰਦੇ ਸੀ, ਡੈਡੀ ਦੀ ਵਧੀਆ ਕੰਮ ਚੱਲਦਾ ਸੀਗਾ ਤਾਂ ਕਰਕੇ। ਹਾਂਜੀ, ਉਦੋਂ ਠੀਕ ਸੀ ਸਥਿਤੀ, ਹੁਣ ਡੈਡੀ ਵੀ ਸਾਲ ਹੋ ਗਿਆ ਡੈਥ ਹੋਈ ਨੂੰ। ਹਾਂਜੀ, ਅਤੇ ਫਿਰ ਉਸ ਤੋਂ ਬਾਅਦ ਪੜ੍ਹਾਈ ਤੋਂ ਬਾਅਦ ਜਿਹੜਾ ਹੈਗਾ ਵਿਆਹ ਜਦੋਂ ਹੋਇਆ ਕੀ ਸੀ ਸਥਿਤੀ ਉਦੋਂ? ਵਿਆਹ ਵੇਲੇ ਠੀਕ ਸੀ ਸਥਿਤੀ, ਪਰ ਅੱਗੋਂ ਮੇਰੇ ਹਸਬੈਂਡ ਦੀ ਕਿਸੇ ਨਾਲ ਫਿਰ ਸੀ, ਉਹ ਮਾਰਦਾ ਕੁੱਟਦਾ ਸੀ ਮੈਨੂੰ, ਬਹੁਤ ਜ਼ਿਆਦਾ ਮਾਰਦਾ ਸੀ, ਘੜੀਸ ਘੜੀਸ ਕੇ ਮਾਰਦਾ ਸੀ। ਫਿਰ ਉਹ ਕਹਿੰਦਾ ਸੀ ਮਤਲਬ ਕਿ ਜਿਵੇਂ ਕਿਸੇ ਨਾਲ ਕਿਸੇ ਕੋਲ, ਹੁਣ ਮੈਂ ਕਿਵੇਂ ਸਮਝਾਵਾਂ ਤੁਹਾਨੂੰ, ਵੀ ਕਿਸੇ ਕੋਲ ਜਾਇਆ ਅਤੇ ਪੈਸੇ ਲਿਆ ਦੂਜੀ ਤਰ੍ਹਾਂ, ਮਤਲਬ ਕਿ ਫਿਜੀਕਲ ਰਿਲੇਸ਼ਨ, ਮੈਂ ਨਹੀਂ ਉਹ ਗੱਲ। ਇੱਥੋਂ ਤੱਕ ਮਤਲਬ ਜਿਹੜੇ ਤੁਹਾਡੇ ਪਤੀ ਸੀਗੇ ਕਿ ਮਤਲਬ ਜਿੱਥੇ ਕਹਿੰਦੇ ਕਿ ਪਤੀ ਅਤੇ ਜਿਹੜਾ ਪਤਨੀ ਦਾ ਇੱਕ ਰਿਸ਼ਤਾ ਜਿਹੜਾ ਹੈਗਾ ਬਹੁਤ ਹੁੰਦਾ, ਅਤੇ ਉਹ ਕਹਿੰਦੇ ਸੀਗੇ ਕਿ ਮਤਲਬ ਤੁਸੀਂ ਹੋਰ ਕਿਤੇ ਜਿਹੜਾ? ਬਹੁਤ ਉਹਦੇ ਨਾਲ ਲਗਾਵ ਸੀ, ਅਸੀਂ ਕਿਰਾਏ 'ਤੇ ਰਹਿੰਦੇ ਸੀ, ਉੱਥੇ ਮਾਰਦਾ ਹੁੰਦਾ, ਸ਼ਰਾਬ ਵੀ ਬਹੁਤ ਪੀਂਦਾ ਸੀਗੇ, ਅਤੇ ਉਸ ਟਾਈਮ ਕੈਪਸੂਲ ਕੂਪਸਲ ਚੱਲਦੇ ਸੀ, ਉਹ ਖਾਂਦਾ ਸੀਗਾ ਸਾਡੇ ਕੋਲ, ਮੈਂ ਯਾਨੀ ਕਿ ਕੁਛ ਨਾ ਕੁਛ ਮੰਗੀ ਗਿਆ, ਸਾਰਾ ਜੋ ਸੋਨਾ ਮਾਂ ਪਿਓ ਨੇ ਮਾੜਾ ਮੋਟਾ ਪਾਇਆ ਉਹਨੇ, ਉਹ ਜਿਹੜੀ ਉਹਨੇ ਰੱਖੀ ਹੋਈ ਸੀ ਗਰਲਫ੍ਰੈਂਡ, ਉਹਦੇ ਤਾਂ ਉਹਦੇ ਨਾਲ ਭੱਜ ਗਿਆ ਸੀ। ਫਿਰ ਗੁੜੀਆ ਤੋਂ ਬਾਅਦ ਬਹੁਤ ਤਸੱਦਦ ਕੀਤੇ ਉਹਨੇ, ਗੁੜੀਆ ਤੋਂ ਪਹਿਲੇ ਮੇਰੇ 2 ਬੱਚੇ ਵੀ ਜਾ ਚੁੱਕੇ ਨੇ ਉਹਦੇ ਮਾਰਨ ਨਾਲ, ਯਾਨੀ ਕਿ ਕਦੇ ਕਹਿੰਦਾ ਸੀ ਗੱਡੀ ਦੇ, ਕਦੇ ਮਕਾਨ ਮੰਗਦਾ ਸੀ, ਪਰ ਮੈਂ ਆਪਦੇ ਵੱਲੋਂ ਉਹਦੇ ਨਾਲ ਸੱਚਾਈ, ਜਿਵੇਂ ਉਹ ਬੂਹਾ ਲਾ ਕੇ ਚੱਲਾ ਗਿਆ ਬਾਹਰਲਾ, ਮੈਂ ਉਵੇਂ ਹੀ ਰਹੀ ਹਾਂ। ਉਹਨੇ ਕਹਿ ਦਿੱਤਾ ਸੀ ਦੁੱਧ ਹੀ ਵੀ ਨਹੀਂ ਆਉਣਾ ਚਾਹੀਦਾ, ਦੁੱਧ ਫਿਰ ਮੈਂ ਸੁੱਕਾ ਦੁੱਧ ਲਿਆ ਕੇ ਰੱਖਿਆ ਹੋਇਆ ਸੀ। ਪਰ ਇੱਕ ਪਾਸੇ ਤੁਹਾਨੂੰ ਕਹਿੰਦੇ ਸੀਗੇ ਕਿ ਮਤਲਬ ਹੋਰ ਕੋਈ ਰਿਸ਼ਤਾ ਤੁਸੀਂ ਬਣਾਓ ਜਿਹੜਾ, ਇੱਕ ਪਾਸੇ ਤੁਹਾਨੂੰ ਜਿਹੜਾ ਬੰਦਿਸ਼ ਚਲਾ ਗਿਆ। ਹਾਂਜੀ ਹਾਂਜੀ ਹਾਂਜੀ, ਵੀ ਯਾਨੀ ਕਿ ਪੈਸੇ ਲਿਆ ਦੂਜੀ ਤਰ੍ਹਾਂ। ਅਤੇ ਫਿਰ ਉਦੋਂ ਕੀ ਮਨ 'ਚ ਆਇਆ, ਫਿਰ ਉਦੋਂ ਲੱਗਿਆ ਕਿ ਮਤਲਬ ਜ਼ਿੰਦਗੀ ਜਿਹੜੀ ਖਤਮ ਹੋ ਗਈ? ਬਹੁਤ ਦਿਲ ਟੁੱਟਿਆ ਸੀਗਾ, ਇੱਕ ਦਿਨ ਦਾ ਮੈਨੂੰ ਰਾਤ ਨੂੰ ਬਹੁਤ ਮਾਰਿਆ ਸੀ, ਵਾਲਾਂ ਤੋਂ ਘੜੀਸਿਆ ਸੀ, ਇੱਥੇ ਮੇਰੇ ਅਜੇ ਵੀ ਆਹ ਅੱਖ ਮੇਰੀ 2-3 ਘੰਟੇ ਮੈਨੂੰ ਦਿਖਿਆ ਨਹੀਂ ਸੀ। ਕਹਿੰਦਾ ਮੈਂ ਗੈਸ ਛੱਡਾਂਗਾ, ਮੈਂ ਕਿਹਾ ਛੱਡ ਲਿਆ। ਫਿਰ ਮੈਂ ਥੋੜ੍ਹਾ ਜਿਹਾ ਪਤਲਾ ਸੀ, ਸਲਿਮ ਮੇਰੀ ਸਿਹਤ ਵਧੀਆ ਸੀ, ਮੈਂ ਹੁਣ ਫੜ ਲਿਆ, ਮੈਂ ਕਿਹਾ ਮਰਾਂਗੇ ਤਾਂ ਇਕੱਠੇ ਹੀ ਮਰਾਂਗਾ, ਗੈਸ ਛੱਡਤਾ ਸੀਗਾ ਹੁਣ, ਬਸ ਫਿਰ ਦਿਖਿਆ ਨਹੀਂ ਸੀ 2-3 ਘੰਟੇ ਮੈਨੂੰ। ਫਿਰ ਉਸ ਤੋਂ ਬਾਅਦ ਬੱਚੇ ਜਦੋਂ ਹੋਏ ਦੇ ਕੇ ਆਈ ਸੀ ਮੈਂ, ਅਤੇ ਫਿਰ ਉਹ ਕਹਿੰਦੇ ਵੀ ਰਾਜੀਨਾਮਾ ਕਰ ਲਓ। ਫਿਰ ਉਹ ਥੋੜ੍ਹਾ ਜਿਹਾ ਪੁਲਿਸ ਤੋਂ ਡਰਦਾ ਸੀ, ਉਹ ਕਰਦਾ ਕਰਾਉਂਦਾ। ਫਿਰ ਇੱਕ ਦਿਨ ਬੀਤਿਆ, ਫਿਰ ਕਹਿੰਦਾ ਹੁਣ ਮੈਂ ਨਹੀਂ ਕਰਾਂਗਾ ਇਹ ਕੰਮ, ਕਰਦਾ ਕਰਾਉਂਦਾ। ਫਿਰ ਉਹਦੇ ਉਹੀ ਹੋਈ ਕੰਮ ਸੀ, ਹਲਕੇ ਮਤਲਬ ਉਹ ਅੱਡੇ ਉਹ ਤੁਰਦਾ ਸੀ ਸਹੀ ਸਲਾਮਤ ਸੀ ਗੱਡੀ 'ਚ, ਮਤਲਬ ਬੂਟ ਵੀ ਲਾਉਣੇ, ਬੁਰਸ਼ ਵੀ ਪੇਸਟ ਕਰਾਉਣੀ, ਸਾਰਾ ਕੰਮ ਮੈਂ ਯਾਨੀ ਕਿ ਕਰਨਾ, ਇੰਨੀ ਡਰਿੰਕ ਕਰਦਾ ਸੀ।
ਤੇ ਮੈਂ ਫਿਰ ਸਾਹਮਣੇ ਘਰ ਸੀਗੇ, ਉਹ ਕਿਰਾਏ ਵਾਲਿਆਂ ਦੇ ਸਾਹਮਣੇ, ਉਹਨਾਂ ਕੋਲ ਮਸ਼ੀਨ ਸੀ, ਉਹਨਾਂ ਦੇ ਕੱਪੜੇ ਕੁਪੜੇ ਸੀਂਦੇ ਸੀ, ਫਿਰ ਮੈਂ ਉਹ ਸੀਂਦੀ ਸੀ ਕੱਪੜੇ। ਹਾਂ, ਫਿਰ ਮੈਂ ਉਹ ਗੁਜ਼ਾਰਾ ਕਰਦੀ। ਬੱਚੇ ਜਦੋਂ ਪੜ੍ਹਾਏ ਜਾਂ ਪਾਲੇ, ਫਿਰ ਸਰ ਇੱਕ ਤੁਸੀਂ ਆਪ ਮਿਹਨਤ ਕਰਕੇ? ਮੈਂ ਕੀਤੀ। ਹਾਂ, ਗੁੜੀਆਂ ਨੂੰ ਤਾਂ ਉਹ ਕਹਿੰਦਾ ਸੀ ਮੈਂ ਮਾਰ ਦੇਵਾਂਗਾ, ਗੁੜੀਆਂ ਨੂੰ ਮੈਂ ਕਹਿੰਦਾ ਨਹੀਂ ਰੱਖਣੀ, ਲਟਕਾ ਹੋਏ ਰੱਖਣੀ, ਸਹਿ ਜ਼ਿੰਮੇਵਾਰੀ ਨਿਭਾਈਆਂ। ਮੈਂ ਆਪਦੇ ਵੱਲੋਂ ਕੋਸ਼ਿਸ਼ ਕੀਤੀ, ਹੁਣ ਮੈਂ ਚਾਹੁੰਦੀ ਹਾਂ ਵੀ ਮੇਰੇ ਗੁੜੀਆ ਹੈਗੀ 14 ਸਾਲ ਦੀ, ਵੀ ਉਹ ਨੌਕਰੀ ਲੱਗੇ, ਮੇਰੀ ਕੋਸ਼ਿਸ਼ ਹੈ ਵੀ ਮੈਂ ਪੜ੍ਹਾਵਾਂ ਲਿਖਾਵਾਂ ਉਹਨੂੰ। ਜ਼ਿੰਦਗੀ ਦੇ ਵਿੱਚ ਕੀ ਸੀਗਾ ਤੁਹਾਡਾ ਏਮ, ਕੀ ਸੀਗਾ ਕਿ ਕੀ ਬਣਨਾ ਹੈ? ਜਿਸ ਤਰ੍ਹਾਂ ਦੇ ਨਾਲ ਉਸ ਵਕਤ ਜਿਹੜੀ ਪੜ੍ਹਾਈ ਕੀਤੀ, ਸਟੈਨੋ ਦਾ ਤੁਸੀਂ ਜਿਹੜਾ ਹੈਗਾ ਕੋਰਸ ਕੀਤਾ, ਲੱਗਦਾ ਸੀ ਜ਼ਿੰਦਗੀ ਜਿਹੜੀ ਬਹੁਤ ਵਧੀਆ ਚੱਲੇਗੀ, ਅਤੇ ਕਿਹੜੇ ਪਾਸੇ ਆ ਗਈ? ਮੈਨੂੰ ਖੁਆਇਸ਼ ਸੀ ਵੀ ਵੱਡਾ ਅਫਸਰ ਬਣਨ ਦੀ, ਜਿਹੜੇ ਨੇਵੀ ਵਾਲਾ, ਫਿਰ ਉਹ ਨਹੀਂ ਬਣ ਪਈ। ਇੱਕ ਮੇਰੀ ਖੁਆਇਸ਼ ਸੀ ਬਈ ਮੈਂ ਉਹਦਾ ਨਾਂ ਕੀ ਆ ਜਿਹੜੇ ਆਪਣੇ ਬੋਡੀ ਬਿਲਡਰ ਬਣਦੇ, ਇਹ ਖੁਆਇਸ਼ ਸੀਗੀ। ਹਾਂ, ਅਤੇ ਇਹ ਮੇਰੀ ਪੂਰੀ ਨਹੀਂ ਹੋਈਗੀ ਖੁਆਇਸ਼। ਜ਼ਿੰਦਗੀ ਨੇ ਮਤਲਬ ਜਿਹੜੇ ਜ਼ਿੰਦਗੀ ਦੀਆਂ ਔਕੜਾਂ ਸੀ ਜਿਹੜੀ, ਅਜੇ ਵੀ ਮੈਂ ਆਪਦੇ ਬੱਚਿਆਂ 'ਚ ਸੋਚਦੀ ਹਾਂ ਵੀ ਉਹ, ਮੈਂ ਕਹਿੰਦੀ ਹਾਂ ਗੁੜੀਆ ਤੂੰ ਬਣ ਜਾ ਬੋਡੀ ਬਿਲਡਰ, ਉਹ ਨੇਵੀ 'ਚ ਜਾਣਾ ਚਾਹੁੰਦੀ ਹੈ। ਹਾਂਜੀ, ਫਿਰ ਕਿਵੇਂ ਘਰ ਦਾ ਖਰਚਾ ਜਦੋਂ ਤੁਸੀਂ ਅੱਡ ਹੋ ਗਏ, ਫਿਰ ਘਰ ਦਾ ਖਰਚਾ ਕਿਵੇਂ ਤੁਸੀਂ ਜਿਹੜਾ ਮਿਹਨਤ ਕੀਤਾ? ਕੀ ਉਹਨਾਂ ਨੇ ਤਾਂ ਦਿੱਤਾ ਨਹੀਂ ਕੁਛ, ਮੈਂ ਕੀਤਾ, ਮੇਰੇ ਮੰਮੀ ਡੈਡੀ ਦੇ ਕੇ ਆਉਂਦੇ ਸੀ ਕਿਰਾਇਆ ਵੀ, ਸਾਰਾ ਕੁਛ ਮੇਰੇ ਮੰਮੀ ਡੈਡੀ ਨੇ ਦਿੱਤਾ। ਅੱਛਾ, ਹਾਂਜੀ, ਉਹਨਾਂ ਨੇ ਮੈਨੂੰ ਕਦੇ ਦਿੱਤਾ। ਇਹ ਜਿਹੜੇ ਘਰ 'ਚ ਜਿੱਥੇ ਤੁਸੀਂ ਬੈਠੇ ਹੋ, ਇਹ ਕਿੰਨਾ ਦਾ ਹੈਗਾ? ਇਹ ਮੇਰੇ ਮੰਮੀ ਡੈਡੀ ਦਾ। ਅੱਛਾ, ਹਾਂਜੀ, ਮੇਰਾ ਨਹੀਂ ਘਰ ਹੈਗਾ। ਹਾਂਜੀ, ਚਿਹਰੇ 'ਤੇ ਤੁਹਾਡਾ ਅੱਜ ਵੀ ਤੁਸੀਂ ਹਿੰਮਤ ਜਿਹੜੀ ਤੁਹਾਡੇ 'ਚ ਦੇਖ ਰਹੇ ਹੈ ਕਿ ਮਤਲਬ ਬੱਚਿਆਂ ਨੂੰ ਪੜ੍ਹਾਉਣ ਵਾਸਤੇ, ਬੱਚਿਆਂ ਨੂੰ ਜਿਹੜਾ ਹੈਗਾ ਕੁਛ ਬਣਾਉਣ ਵਾਸਤੇ, ਕਿ ਜਿਹੜੇ ਤੁਹਾਡੇ ਸੁਪਨੇ ਜਿਹੜੇ ਸੀਗੇ ਉਹ ਰਹਿ ਗਏ, ਲੇਕਿਨ ਤੁਸੀਂ ਸੋਚਦੇ ਕਿ ਬੱਚਿਆਂ ਦੇ ਵਿੱਚੋਂ ਉਹਨਾਂ ਨੂੰ ਪੂਰਾ ਕੀਤਾ ਜਾਵੇ, ਹੈ ਨਾ? ਛੱਤ ਵੀ ਤੁਹਾਡੇ ਸਿਰ 'ਤੇ ਹੈ ਨਹੀਂ, ਕਮਾਈ ਦਾ ਕੋਈ ਸਾਧਨ ਵੀ ਤੁਹਾਡੇ ਕੋਲ ਹੈ ਨਹੀਂ, ਫਿਰ ਵੀ ਜਿੰਦਾ ਦਿਲੀ ਤੁਹਾਡੀ ਕਹਿ ਸਕਦੇ ਕਿ ਮਤਲਬ ਕਿੱਥੋਂ ਆਉਂਦੀ ਕਰਦੀ ਹੈ? ਸਾਰਿਆਂ ਕੋਲੋਂ ਮੈਂ ਕੋਸ਼ਿਸ਼ ਕਰਦੀ ਪਈ ਹਾਂ, ਜੇ ਕੰਮ ਹੁੰਦਾ ਠੀਕ ਹੈ, ਨਹੀਂ ਤਾਂ ਫਿਰ ਵੇਖੋ ਕੀ ਬਣਦਾ। ਕਦੇ ਹੋਇਆ ਜ਼ਿੰਦਗੀ ਤੋਂ ਰੁਸਵਾ ਕਿ ਮਤਲਬ ਜ਼ਿੰਦਗੀ ਨੇ ਕੀਤਾ ਕੀ ਮੇਰੇ ਨਾਲ, ਹੈ ਨਾ? ਇੱਕ ਖੇਡ ਰਚੀ ਪਹਿਲਾਂ, ਠੀਕ ਬਹੁਤ ਜ਼ਿਆਦਾ, ਤਾਂ ਜਿਸ ਦਿਨ ਉਹਨੇ ਮੈਨੂੰ ਐਮ ਘੜੀਸ ਕੇ ਮਾਰਿਆ ਸੀ ਨਾ, ਉਦਨ ਮੇਰਾ ਦਿਲ ਬਹੁਤ ਟੁੱਟਿਆ ਸੀ, ਬਹੁਤ ਜ਼ਿਆਦਾ, ਕਿਉਂਕਿ ਮੇਰੇ ਮਾਪਿਆਂ ਨੂੰ ਕਦੇ ਮਾਰਿਆ ਹੀ ਨਹੀਂ, ਸਾਡੇ ਫੈਮਿਲੀ 'ਚ ਨਹੀਂ ਮਾਰਿਆ ਕਿਸੇ ਨੂੰ, ਤਾਂ ਕਰਕੇ ਗਿਲਾ ਜ਼ਿੰਦਗੀ ਦੇ ਨਾਲ ਕਿ ਸ਼ਾਇਦ ਇਸ ਤੋਂ ਵਧੀਆ ਗਿਲਾ ਆਉਂਦਾ। ਪਰ ਜਦੋਂ ਮੈਂ ਮੇਰੀ ਬੇਬੀ ਹੋਈ ਤਾਂ ਮੈਂ ਵੱਡੇ ਓਪਰੇਸ਼ਨ ਨਾਲ ਹੋਈ ਸੀ, ਮੈਂ ਡਾਕਟਰ ਸਾਹਿਬ ਨੂੰ ਇੱਕ ਹੀ ਗੱਲ ਪੁੱਛੀ ਸੀ, ਮੈਨੂੰ ਆਪਦਾ ਕੋਈ ਨਹੀਂ ਸੀ, ਖੁਸ਼ੀ ਬਹੁਤ ਹੋਈ ਮੈਨੂੰ, ਅਤੇ ਮੈਂ ਉਹ ਪੁੱਛਿਆ ਡਾਕਟਰ ਸਾਹਿਬ ਇਹ ਤੁਰ ਸਕਦੀ? ਕਹਿੰਦੇ ਤੈਨੂੰ ਇਹ ਆਪਦੀ ਬਾਹਾਂ 'ਤੇ ਚੱਕ ਲੈ ਕੇ ਜਾਏਗੀ। ਮੈਨੂੰ ਬਸ ਇੱਕੋ ਹੀ ਸੀ ਮੇਰੇ ਬੱਚੇ ਨਾ ਇੱਦਾਂ ਹੋਣ। ਹਾਂ, ਉਹ ਸਹੀ ਸਲਾਮਤ ਰੱਬ ਦੀ ਦਿਆ ਨਾਲ। ਫਿਰ ਕੰਮ ਹੋਰ ਵੀ ਕਿਤੇ ਜਾਂ ਟੈਂਪੂ ਜਿਹੜਾ ਹੈਗਾ ਇਹ ਚਲਾਉਣਾ ਫਿਰ ਕਿੱਥੋਂ? ਮੈਂ ਲੋਕਾਂ ਦੇ ਫਾਰਮ ਫੁਰਮ ਭਰਦੀ ਸੀ ਪਹਿਲੇ, ਲੋਕਾਂ ਦੇ ਕੰਮ ਕਰਾਉਂਦੀ ਸੀਗੀ, ਬਸ ਜਿੰਨਾ ਮੈਂ ਕਰ ਸਕੀ, ਸਿਲਾਈ ਦਾ ਕਰਦੀ ਰਹੀ ਹਾਂ, ਸਾਰੇ ਕੰਮ ਇਹੋ ਜਿਹੇ ਕੀਤੇ। ਅਤੇ ਫਿਰ ਇਹ ਟੈਂਪੂ ਜਿਹੜਾ ਹੈਗਾ ਜਦੋਂ ਲਿਆ ਕੇ, ਕਿੰਨੇ ਕੁ ਪੈਸੇ ਜਿਹੜੇ ਬਣ ਜਾਂਦੇ ਸੀ ਜਿਹਦੇ ਨਾਲ ਕਰਦਾ ਤੁਸੀਂ? ਕਈ ਵਾਰ ਤਾਂ 200 ਬਣ ਜਾਂਦਾ, 300 ਬਣਦਾ, ਇਹ ਤਾਂ ਡਿਪੈਂਡ ਹੈ ਫਿਰ ਘਰ ਦਾ ਵੀ ਸਾਰਾ ਕੰਮ ਕਰਨਾ ਜਾਣਾ। ਜਦੋਂ ਡੈਡੀ ਸੀ ਉਦੋਂ ਤਾਂ ਮੈਂ ਸਵੇਰੇ ਚੱਲੀ ਜਾਂਦੀ ਸੀ ਬੱਚਿਆਂ ਨੂੰ ਛੱਡ ਕੇ ਸਕੂਲੇ, ਉਦੋਂ 500-700 ਵੀ ਕਈ ਵਾਰ ਬਣ ਜਾਂਦਾ ਸੀਗਾ, ਅਤੇ ਉਸ ਤੋਂ ਬਾਅਦ ਡੈਡੀ ਦੇ ਗਏ ਚਲੇ, ਮੰਮੀ ਨੂੰ ਸੰਭਾਲਣਾ ਸਾਰੀ ਜ਼ਿੰਮੇਵਾਰੀਆਂ, ਫਿਰ ਉਸ ਤੋਂ ਬਾਅਦ ਜਾਂਦੀ ਹਾਂ ਮੈਂ ਘਰੋਂ, ਜੋ 200 ਵੀ ਬਣ ਜਾਂਦਾ, 300 ਵੀ ਬਣ ਜਾਂਦਾ, ਗਾਹਕ ਦੇ ਡਿਪੈਂਡ ਹੈਗਾ। ਹਾਂਜੀ, ਆਟੋ ਬੜੇ ਹੋਏ ਪਏ ਨਾ, ਹੁਣ ਕਿਵੇਂ? ਬਿਲਕੁਲ ਖੜਾ ਹੈ ਹੁਣ ਤਾਂ, ਖੜਾ ਬਲਾਸਟ ਹੋ ਗਿਆ, ਮਹੀਨਾ ਹੋ ਗਿਆ। ਅੱਛਾ, ਹਾਂਜੀ, ਬੈਟਰੀ
ਕਿਵੇਂ ਕਰੋਗੇ ਹੁਣ ਕਿ ਮਤਲਬ ਬੈਟਰੀਆਂ ਜਦੋਂ ਇਹ ਚ ਲੱਗਣਗੇ ਫੇਰ ਹੀ ਚੱਲੇਗਾ? ਹਾਂਜੀ ਹਾਂਜੀ ਹਾਂਜੀ, ਕੋਸ਼ਿਸ਼ ਕਰ, ਰੱਬ ਤੇ ਡੋਰੀ ਛੱਡੀ ਹੋਈ ਹੈ, ਜੇ ਕੋਈ ਹੈਲਪ ਦੇ ਦੇਗਾ ਠੀਕ ਹੈ, ਨਾ ਦੇਗਾ ਤਾਂ ਫਿਰ ਰੱਬ ਨਾਲ ਕੁਲ ਮੰਗਾਂਗੇ। ਹੈਲਪ ਤਾਂ ਮੈਨੂੰ ਨਹੀਂ ਲੱਗਦਾ ਕੋਈ ਕਰਨ ਵਾਲਾ ਬੰਦਾ, ਆਪਣੇ ਸ਼ਹਿਰ 'ਚ ਤਾਂ ਕੋਈ ਨਹੀਂ ਕਰੇਗਾ, ਪੱਥਰਾਂ ਦੇ ਦੁੱਧ ਪਾਉਣ ਵਾਲੇ ਨੇ। ਮੈਂ ਕਿਸੇ ਦੀ ਧਰਮ ਨੂੰ ਕਹਿਣਾ ਨਹੀਂ ਚਾਹੁੰਦੀ, ਪਰ ਲੇਕਿਨ ਨਾ ਉਹਨਾਂ ਨੇ ਕਿਸੇ ਨੇ ਨਹੀਂ ਕਰਨਾ। ਪੈਸਾ ਵੀ ਬਹੁਤ ਹੈ ਸ਼ਹਿਰ 'ਚ ਫਾਜ਼ਿਲਕਾਲਿਆਂ 'ਚ, ਅਤੇ ਕਿਸੇ ਨੇ ਹੈਲਪ ਨਹੀਂ ਕਰਨੀ। ਮੈਂ ਬਹੁਤ ਇੰਟਰਵਿਊ ਦਿੱਤੀਆਂ, ਕਿਸੇ ਨੇ ਹੈਲਪ ਨਹੀਂ ਕੀਤੀ, ਅੱਜ ਤੱਕ ਫੋਨ ਨਹੀਂ ਆਇਆ ਕਿਸੇ ਦਾ ਵੀ। ਸਰਕਾਰ ਵੱਲੋਂ ਕਦੇ ਕੀਤੀ ਹੈ ਕੋਈ ਜਾ ਕੇ ਉੱਥੇ ਕਾਗਜ਼ ਦਿੱਤੇ ਆਪਦੇ ਕਿ ਕੋਈ ਮਦਦ ਦਿੱਤੀ ਜਾਵੇ, ਜਾਂ ਮਤਲਬ ਬੱਚੇ ਵੱਡੇ ਹੋ ਰਹੇ ਆ ਉਹਨਾਂ ਦੇ ਪਾਲਣ ਪੋਸ਼ਣ ਵਾਸਤੇ? ਨਾ, ਕੁਛ ਕਰਦੇ ਹੀ ਨਹੀਂ। ਆ ਹੁਣ ਜਾਵਾਂਗੀ DC ਮੈਡਮ ਕੋਲ, ਵੇਖੋ ਜੇ ਹੈਲਪ ਮਿਲੀ ਠੀਕ ਹੈ, ਨਾ ਮਿਲੀ ਤਾਂ ਫਿਰ ਕੁਛ, ਹੁਣ ਮੈਂ ਤਾਂ ਕੁਛ ਕਰ ਨਹੀਂ ਸਕਦੀ, ਮੇਰੇ ਕੋਲ ਤਾਂ ਸੋਨਾ ਵੀ ਨਹੀਂ ਹੈਗਾ ਜਿਹੜਾ ਮੈਂ ਰੱਖ ਕੇ ਚਲੋ ਬੈਠੇ ਫਾਲਤੂ। ਹਾਂਜੀ, ਅਤੇ ਕੀ ਕਰੋਗੇ ਫਿਰ ਜੇਕਰ ਬੈਟਰੀਆਂ ਦਾ ਪ੍ਰਬੰਧ ਨਾ ਹੋਵੇ? ਅਤੇ ਫਿਰ ਹੁਣ ਰੱਬ ਦੇ ਸਿੱਟਾਂ ਕੀ ਡੋਰੀਆਂ, ਫਿਰ ਪੈਨਸ਼ਨ ਜਿਹੜੀ 1500 ਆਉਂਦੀ ਉਹਦੇ ਨਾਲ ਮਾੜਾ ਮੋਟਾ ਗੁਜ਼ਾਰਾ ਕਰਾਂਗੇ, ਰੁੱਖ ਹਮੇਸ਼ਾ ਜੋ। ਸੋ ਇਹਨਾਂ ਦੇ ਮਾਤਾ ਜੀ ਵੀ ਇੱਥੇ ਹੈਗੇ, ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹੈਗੇ, ਜਿਨ੍ਹਾਂ ਦੇ ਘਰ ਦੇ ਵਿੱਚ ਬਲਵਿੰਦਰ ਕੌਰ ਰਹਿ ਰਹੀ ਹੈ। ਮਾਤਾ ਜੀ ਕੀ ਹਾਲ ਹੈ? ਠੀਕ ਹੈ ਜੀ। ਅੱਛਾ, ਠੀਕ ਹੈ ਜੀ। ਹਾਲ ਕੀ ਕਹੋਗੇ? ਤੁਹਾਡੀ ਬੇਟੀ ਜਿਹੜੀ ਬੜੀ ਜਿੰਦਾ ਦਿਲ ਦੀ ਮਿਸਾਲ ਹੈ ਕਿ ਜਿੰਦਾ ਦਿਲੀ ਹੈ, ਹਿੰਮਤ ਬਹੁਤ ਹੈ, ਕਿ ਮਤਲਬ ਕੁਦਰਤੀ ਤੌਰ 'ਤੇ ਜਿਹੜੇ ਹੈਗੇ ਉਹ ਕਮਜ਼ੋਰ ਹੈ, ਰੱਬ ਨੇ ਸਰੀਰਕ ਕਮਜ਼ੋਰੀ ਵੀ ਦਿੱਤੀ ਹੈਗੀ, ਲੇਕਿਨ ਮੁਸ਼ਕਿਲਾਂ ਵੀ ਬਹੁਤ ਆਈਆਂ, ਹੈ ਨਾ? ਤੁਸੀਂ ਸਾਰਾ ਕੁਛ ਉਹਨਾਂ ਦਾ ਦੇਖਿਆ, ਕੀ ਕਹੋਗੇ? ਮੈਂ ਆਪਦੇ ਦਿਲ 'ਤੇ ਸਹਿਣ ਕੀਤਾ, ਸਭ ਖੁਸ਼ੀ ਦਾ ਦੁੱਖ ਹਾਲ ਦੀ ਕਰੀ, ਮੇਰੇ ਮਨ 'ਚ ਇਹੀ ਆ ਵੀ ਪਰਮਾਤਮਾ ਇਹਨੂੰ ਅੱਗੇ ਆਉਣ ਵਾਲਾ ਸਮਿਆਂ ਨੇ ਜਿਹੜੇ ਸੁੱਖ ਦੇ ਆ ਜਾਣ, ਬੱਚੇ ਆਗਿਆਕਾਰੀ ਬਣ ਜਾਣ, ਪੜ੍ਹ ਲਿਖ ਜਾਣ, ਇਹਨੂੰ ਵਾਹਿਗੁਰੂ ਇੰਨੀ ਸਮਤ ਦੇਵੇ ਵੀ ਬੱਚਿਆਂ ਨੂੰ ਆਪਦੇ ਕਾਮਯਾਬ ਕਰ ਸਕੇ, ਅਤੇ ਸਰਕਾਰ ਇਹਦੀ ਮਦਦ ਕਰੇ। ਮੇਰੇ ਹੱਥ ਜੋੜ ਕੇ ਬੇਨਤੀ ਹੈ, ਸਰਕਾਰ ਮਦਦ ਕਰੇ, ਸਰਕਾਰ ਸਭ ਕੁਛ ਕਰ ਸਕਦੀ ਹੈ, ਇਹਦੇ ਹਾਲਾਤ ਨੂੰ ਵੇਖ ਕੇ ਕਰੇ। ਮੈਂ ਤਾਂ ਕੁਛ ਕਰਨ ਜੋਗੀ ਨਹੀਂ ਰਹੀ, ਪਰਮਾਤਮਾ ਨੇ ਮੈਨੂੰ ਮੰਜੇ 'ਤੇ ਬਿਠਾ ਤਾ। ਪਰ ਇਹ ਸੀਗਾ ਕਿ ਚਲੋ ਜੇਕਰ ਇਹ ਠੀਕ ਹੈ, ਘਰੋਂ ਠੀਕ ਹੈ, ਤਾਂ ਤੁਹਾਡੀ ਜਿਹੜੀ ਹੈ ਮਦਦ, ਤੁਹਾਡਾ ਸੇਵਾ ਕਰ ਸਕਦੀ ਹੈਗੀ ਆ ਉਮਰ ਦੇ ਵਿੱਚ। ਅੱਜ ਜਿਹੜੇ ਹੈਗੇ ਤੁਸੀਂ ਮਤਲਬ ਇਹਨੂੰ ਦੇਖ ਕੇ ਦੁੱਖ ਦੁਖੀ ਹੋ? ਬਾਕੀ ਸੇਵਾ ਦੀ ਤਾਂ ਇੱਕ, ਮੇਰਾ ਪਰਿਵਾਰ ਬਹੁਤ ਚੰਗਾ ਨੇਕ ਆ, ਸੇਵਾ ਮੇਰੀ ਬਹੁਤ ਕਰਦੇ ਆ, ਅਤੇ ਇਹ ਮੇਰੀ ਲੜਕੀ ਵੀ ਬਹੁਤ ਕਰਦੀ, ਇੱਕ ਹਾਂ ਇਹਦੀ ਲੜਕੀ ਵੀ ਮੇਰੀ ਸੇਵਾ ਬਹੁਤ ਕਰਦੀ ਹੈ, ਵਿਚਾਰੀ ਲੜਕੀ ਜਿੱਥੇ ਮੈਂ ਕਹਿ ਦਿਆਂ ਬੇਟਾ ਆ ਕਰਨਾ ਉਹੀ ਕਰੂਗੀ ਵਿਚਾਰੀ। ਅਤੇ ਪਰਮਾਤਮਾ ਇਹਨਾਂ ਨੂੰ, ਮੈਂ ਤਾਂ ਇਹੀ ਕਹਿੰਦੀ ਹਾਂ ਦਾਤਾ ਇਹਨੂੰ ਅਤੇ ਇਹਦੇ ਬੱਚਿਆਂ ਨੂੰ ਹੁਣ ਹਿੰਮਤ ਦੇਈਂ ਅਤੇ ਸਮਰੱਥ ਦੇਈਂ, ਅਤੇ ਤੂੰ ਇਹਨਾਂ ਸਰਕਾਰ ਮਦਦ ਕਰੇ, ਅਤੇ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੋਊਗੀ ਵੀ ਮੇਰੀ ਬੱਚੇ ਦੀ ਸੁਣਾਈ ਹੋ ਗਈ ਹੈ। ਟੈਂਪੂ ਵੀ ਰੁਕ ਗਿਆ ਹੈ ਨਾ, ਕਹਿੰਦੇ ਬੈਟਰੀਆਂ ਖਰਾਬ ਹੋ ਗਈਆਂ, ਬੜੀਆਂ ਮਹਿੰਗੀਆਂ ਬੈਟਰੀਆਂ ਵੀ ਹੋਣ, ਬਹੁਤ ਮਹਿੰਗੀਆਂ ਜੀ, 50,000 ਤੋਂ ਘੱਟ ਇਹਨੇ ਨਹੀਂ ਚੱਲਣਾ। ਅਤੇ ਜੇ ਵਿਆਹੀ ਤਾਂ ਇਹ ਤਾਂ ਸ਼ਾਦੀ ਕਰਾਉਂਦੀ ਹੀ ਨਹੀਂ ਸੀ, ਕਰਾਉਂਦੀ ਹੀ ਨਹੀਂ ਸੀ, ਤੁਹਾਨੂੰ ਪਤਾ ਹਾਲਾਤ ਨੂੰ ਵੇਖ ਕੇ ਨਾ, ਫਿਰ ਮਾਂ ਪਿਓ ਨੂੰ ਸੋਚਣਾ ਪੈ ਜਾਂਦਾ,
ਕਿਸੇ ਨੇ ਉਹੋ ਜਿਹੀ ਜਨਾਨੀ ਸੀ ਸਾਨੂੰ, ਅਸੀਂ ਉਹਨੂੰ ਜਾਣਦੇ ਹੀ ਨਹੀਂ ਸੀਗੇ। ਇਹ ਸਕੂਲ ਲੱਗੀ ਹੋਈ ਸੀ ਕਿਸੇ ਦੇ ਨਾਲ, ਪੜ੍ਹਾਉਣ ਜਾਂਦੀ ਸੀ ਛੋਟੇ ਬੱਚਿਆਂ ਨੂੰ, ਅਤੇ ਉੱਥੇ ਉਹ ਆਉਂਦੀ ਸੀਗੀ ਆਪਦੀ ਕੁੜੀ ਨੂੰ ਲੈਣ। ਉਹਨੇ ਫਿਰ ਇਹਨੂੰ ਗੱਲ ਕਹਿੰਦੀ ਗਾਹਕ ਗੱਲ ਕੀਤੀ ਉਹਨਾਂ ਘਰਦਿਆਂ ਨਾਲ ਮੁੰਡੇ ਦੇ, ਅਤੇ ਉਹ ਮਗਰ ਪੈ ਗਏ, ਪਿੱਛੇ ਪੈ ਗਏ ਸਾਡੇ। ਫਿਰ ਉਹ ਜੀ ਅਸੀਂ ਸੁਖੀ ਰੱਖਾਂਗੇ, ਜੇ ਅਸੀਂ ਸੁਖੀ ਕੀ ਰੱਖਣਾ ਸੀ, ਦੁੱਖ 'ਤੇ ਦੁੱਖ ਹੀ ਮੇਰੇ ਬੱਚੇ ਦੇਗੇ ਅੱਗੇ ਦੁੱਖ ਸੀ। ਉਹ ਤਾਂ ਕੁਦਰਤ ਨੇ ਦਿੱਤਾ, ਉਹ ਨਿਭਾਈ ਜਾਂਦੀ ਹੈ, ਅਸੀਂ ਵੀ ਵੇਖਦੇ ਪਏ ਹਾਂ। ਮੈਂ ਕੁਛ ਕਰ ਨਹੀਂ ਸਕਦੀ, ਇੱਕ ਹੱਥ ਜੋੜ ਸਕਦੀ ਪਰਮਾਤਮਾ ਅੱਗੇ, ਅਤੇ ਬਾਕੀ ਉਹਨਾਂ ਦੇ ਘਰ ਤਾਂ ਨਾ, ਘਰ ਵੀ ਨਹੀਂ ਅਸੀਂ ਵੇਖਿਆ ਤਾਂ ਜਾ ਕੇ ਕੀ ਹੈ, ਬਿਲਕੁਲ ਘਰ ਹੈ ਹੀ ਨਹੀਂ ਸੀ। ਕਿਰਾਏ 'ਤੇ ਧੱਕੇ ਖਾਂਦੇ ਸੀ, ਇੱਥੋਂ ਕਿਰਾਇਆ ਉਹਨੂੰ ਜਿਹੜੇ ਕਿਰਾਏ 'ਤੇ ਰਹਿੰਦੇ, ਕਿਰਾਇਆ ਵੀ ਇੱਥੋਂ ਮੇਰੀ ਲੜਕੀ ਲੈ ਕੇ ਜਾਂਦੀ ਰਹੀ ਸਾਡੇ ਕੋਲੋਂ, ਵੀ ਚੱਲ ਮੇਰੀ ਬੱਚੀ ਹੈ। ਪਰ ਇੰਨੀ ਗਲਤੀ ਜ਼ਰੂਰ ਹੋਈ ਹੈ, ਉਹ ਮਕਾਨ ਜਿਹਦੇ 'ਚ ਕਿਰਾਏ 'ਤੇ ਰਹਿੰਦੇ ਸੀ ਉਹ 50,000 ਦਾ ਵਿਕਦਾ ਸੀ, ਦੋ ਕਮਰੇ ਸੀ, ਬੜਾ ਸੋਹਣਾ ਬਣਿਆ ਹੋਇਆ ਸੀ, ਉਹਨਾਂ ਦੇ ਰਿਸ਼ਤੇਦਾਰਾਂ ਦਾ ਸੀ, ਉਹ ਵੇਚਦੇ ਰਹੇ ਸੀ। ਜੇ ਸਾਨੂੰ ਪਤਾ ਹੁੰਦਾ ਅਸੀਂ ਸਾਈਕਲ ਮੋਟਰ ਵੀ ਲੈ ਕੇ ਦਿੱਤਾ ਸੀ ਉਹਨੂੰ, ਮੰਗਿਆ ਸੀ ਉਹਨੇ, ਫਿਰ ਕਾਰ ਮੰਗੀ, ਫਿਰ ਉਦੋਂ ਬਾਅਦ ਆਉਂਦਾ ਮੇਰਾ ਮਾਂ ਪਿਓ ਕਿਰਾਏ 'ਤੇ ਰਹਿੰਦਾ, ਇਹਨੂੰ ਮਾਰਦਾ ਵੀ ਸੀ, ਇੱਥੇ ਵੀ ਮਾਰਦਾ ਸੀ, ਵੀ ਤੂੰ ਆਪਦੇ ਮਾਂ ਪਿਓ ਨੂੰ ਬਾਹਰ ਕੱਢ ਅਤੇ ਮੇਰੇ ਮਾਂ ਪਿਓ ਨੂੰ ਲਿਆ ਇੱਥੇ। ਬਹੁਤ ਪਰੇਸ਼ਾਨ ਕੀਤਾ ਉਹਨੇ ਬੜਾ। ਕਹਿੰਦੇ ਬੱਚੇ ਸੁਖੀ ਹੈ ਤਾਂ ਮਾਂ ਪਿਓ ਜਿਹੜਾ ਸੁਖੀ ਹੈ, ਹੈ ਨਾ, ਉਦੋਂ ਠੰਡੀ ਹਵਾ ਹੁੰਦਾ ਬੱਚਿਆਂ ਦੀ, ਮਾਂ ਪਿਓ ਨੂੰ ਬਹੁਤ ਠੰਡੀ ਹਵਾ ਹੁੰਦੀ ਹੈ ਜਦੋਂ ਬੱਚੇ ਆਪਦਾ ਕਾਮਯਾਬ ਹੋਣ, ਖੁਸ਼ ਹੋਣ, ਅਤੇ ਮਾਂ ਪਿਓ ਨੂੰ ਤਾਂ ਬੜੀ ਖੁਸ਼ੀ ਹੁੰਦੀ ਹੈ ਇਸ ਗੱਲ ਦੀ। ਅਤੇ ਇਹ ਉਹ ਕੁੜੀ ਨੂੰ ਲੈ ਕੇ ਦੋ ਵਾਰੀ ਭੱਜਿਆ, ਪਹਿਲੀ ਵਾਰ ਭੱਜਿਆ ਜੈਪੁਰ ਲੈ ਗਿਆ। ਅੱਛਾ, ਜੈਪੁਰੋਂ ਉੱਥੇ ਪੈਸੇ ਮੁੱਕ ਗਏ ਜਿਹੜੇ ਸਾਈਕਲ ਮੋਟਰ ਅਸੀਂ ਨਗਦ ਲੈਣਾ ਸੀ, ਅਤੇ ਉਹਨੇ ਕੀ ਕੀਤਾ 8,000 ਰੁਪਇਆ ਨਾ ਜਮ੍ਹਾਂ ਕਰਾ ਕੇ ਕਾਪੀ 'ਚ ਆਪਦੇ ਨਾਂ 'ਤੇ ਕਰਾ ਲਿਆ, ਅਤੇ ਕਿਸ਼ਤਾਂ 'ਤੇ ਸਾਈਕਲ ਮੋਟਰ ਕਢਾ ਲਿਆ। ਉਹਦੀ ਵੀ ਪਲੰਟੀ ਪੈਂਦੀ ਰਹੀ, ਸਾਨੂੰ ਪੈਂਦੀ ਰਹੀ, ਅਸੀਂ ਭਰਦੇ ਰਹੇ ਹਾਂ। ਅੱਛਾ, ਫਿਰ ਉਹ ਜਦੋਂ ਉਹਨੂੰ ਪਹਿਲੀ ਵਾਰ ਲੈ ਕੇ ਭੱਜਿਆ, ਉਹ 8,000 ਰੁਪਈਆ ਕਢਾ ਕੇ ਉੱਥੋਂ ਬੈਂਕ 'ਚੋਂ ਲੈ ਗਿਆ, ਅਤੇ ਕਾਪੀ ਇੱਥੇ ਭੌਂਕਦੀ ਪਈ ਹਾਲੇ। ਅੱਛਾ, ਫਿਰ ਸਾਨੂੰ ਜਦੋਂ ਪੈਸੇ ਮੁੱਕ ਗਏ, ਫਿਰ ਫੋਨ 'ਤੇ ਫੋਨ, ਬਲਵਿੰਦਰ ਤੂੰ ਪੈਸੇ ਭੇਜ ਦੇ ਮੈਨੂੰ, ਮੈਨੂੰ ਪੈਸੇ ਭੇਜ ਦੇ। ਅਤੇ ਮੈਂ ਫਿਰ ਉਹਦੇ ਮਾਂ ਪਿਓ ਆਉਣ, ਉਹਦੇ ਨਾਨਕੇ ਦਾਦਕੇ ਸਾਰੇ ਇੱਥੇ ਆ ਜਾ ਕਰਨ। ਮੈਂ ਆਖਿਆ ਬਾਈ ਉਹਨੂੰ ਕੁੜੀ ਦੀ ਬਾਂਹ ਫੜ ਲਓ, ਉਹਨੂੰ ਜਾਣ ਨਹੀਂ ਦੇਣਾ ਕਿਤੇ, ਤੁਸੀਂ ਬਾਂਹ ਫੜ ਕੇ ਲਿਆ ਉਹ ਉਸੇ ਮੁੰਡੇ ਨੂੰ ਕਿਹਾ, ਬਾਂਹ ਫੜ ਕੇ ਲਿਆ, ਆ ਜਾ, ਅਸੀਂ ਤੈਨੂੰ ਕੁਛ ਨਹੀਂ ਕਹਿੰਦੇ, ਅਸੀਂ ਕਹਿਣਾ ਹੀ ਨਹੀਂ ਤੈਨੂੰ। ਇੱਥੋਂ ਤੱਕ ਆ ਗਏ ਜਦੋਂ ਕਿ ਥਾਣੇ ਉਹ ਲੈ ਆਏ, ਥਾਣੇ ਲੈ ਆਏ, ਫਿਰ ਸਾਨੂੰ ਪਤਾ ਲੱਗਾ ਅਸੀਂ ਮਾਵਾਂ ਤੇ ਦੋਵੇਂ ਗਈਆਂ, ਇਹਦੇ ਪਾਪੇ ਨੂੰ ਕੁਛ ਨਹੀਂ ਕਿਹਾ, ਮੈਂ ਕੰਮ 'ਤੇ ਲੱਗੇ ਸੀਗੇ, ਅਤੇ ਉੱਥੇ ਗਈਆਂ। ਉਹਨਾਂ ਨੇ ਬਾਈ ਕੁੜੀ ਨੂੰ ਵੀ ਮਾਰਿਆ, ਅਤੇ ਉਹ ਮੁੰਡੇ ਨੂੰ ਵੀ ਬਹੁਤ ਮਾਰਿਆ, ਅਤੇ ਇਹ ਤਾਂ ਵੇਖਿਆ ਨਾ ਜਾਵੇ, ਰੋਣ ਲੱਗ ਗਈ ਵੀ ਮਾਰਦੇ ਆ, ਇਹ ਗਲਤੀ ਨੂੰ ਤਾਂ ਇਹ ਸੁਧਾਰ ਘਰ ਹੈ, ਮਾਰਨਗੇ ਹੀ। ਅੱਛਾ ਜੀ, ਫਿਰ ਉੱਥੋਂ ਜਦੋਂ ਫੈਸਲਾ ਉੱਥੇ ਘਰਦੇ ਉਹਦੇ ਲੈ ਗਏ ਕੁੜੀ ਨੂੰ, ਅਤੇ ਮੁੰਡਾ ਸਾਡੇ ਨਾਲ ਤੁਰ ਪਿਆ। ਮੈਂ ਆਖਿਆ ਮੇਰੀ ਸੁਣ ਲਾ ਗੱਲ, ਪਹਿਲਾਂ ਬੰਦਾ ਬਣੇਗਾ ਤਾਂ ਮੇਰੇ ਘਰ ਵੜੀ, ਜੇ ਬੰਦਾ ਨਹੀਂ ਬਣਨਾ ਤੇਰਾ ਰਾਹ ਹੋਰ ਆ, ਸਾਡਾ ਹੋਰ ਆ। ਮੈਂ ਉਹਨੂੰ ਕਿਹਾ, ਫਿਰ ਉਹ ਨਹੀਂ ਆਇਆ,
ਫਿਰ ਪਿਤਾ ਜੀ ਵੀ ਕਹਿੰਦੇ ਗੁਜ਼ਰ ਗਏ ਹੈ ਨਾ, ਮਤਲਬ ਇਹਦਾ ਦਰਦ ਵੇਖ ਕੇ ਗਏ, ਨਹੀਂ ਤਾਂ ਕਹਿੰਦੇ ਹੈਗੇ ਕਿ ਜਦੋਂ ਜਾਣ ਦਾ ਸਮਾਂ ਹੁੰਦਾ ਉਦੋਂ ਬੱਚਿਆਂ ਨੂੰ ਜਿਹੜਾ ਸੁਖੀ ਦੇਖਿਆ ਜਾਵੇ ਤਾਂ ਬਿਲਕੁਲ ਬਹੁਤ ਜ਼ਿਆਦਾ ਸੋਚਦੇ ਹੁੰਦੇ ਸੀ, ਆਉਂਦੇ ਹੁੰਦੇ ਸੀਗੇ ਕਈ ਵਾਰੀ ਆਖਣਾ ਮੈਂ ਬੱਚੀ ਨੂੰ ਨਹੀਂ ਰੋਲਣ ਦੇਣਾ। ਮੈਂ ਵੀ ਸੋਚਦੀ ਸੀ ਮੈਂ ਬੱਚੀ ਨਹੀਂ ਰੋਲਣ ਨਹੀਂ ਦੇਣਾ, ਜੇ ਰੱਬ ਨੇ ਰੋਲਿਆ ਤਾਂ ਸਾਨੂੰ ਵੀ ਰੱਬ ਨੇ ਇਨਸਾਨ ਬਣਾ ਕੇ ਭੇਜਿਆ, ਸਾਨੂੰ ਇਹਦੇ ਨਾਲ ਸਾਡਾ ਬੱਚਾ ਹੈ, ਇਹਦੇ ਨਾਲ ਹਮਦਰਦੀ ਨਹੀਂ ਤਾਂ ਅਸੀਂ ਕਿਹਦੇ ਨਾਲ ਕਰਾਂਗੇ, ਇਹ ਸੋਚਦੇ ਸੀ ਅਸੀਂ। ਪਰ ਜਿੱਥੇ ਉਹ ਰੱਖੇ, ਮੈਂ ਆ ਮਕਾਨ ਮੈਂ ਇਸ ਕਰਕੇ ਰੱਖਿਆ ਸੀ ਮੇਰੀ ਲੜਕੀ ਇਹਦੇ ਵਿੱਚ ਬੈਠੂਗੀ, ਆਪਦੇ ਦਿਨ ਪੂਰੇ ਕਰੂੰਗੀ, ਇਸ ਤਰ੍ਹਾਂ ਮੈਂ ਸੋਚਦੀ ਸੀਗੀ। ਅਤੇ ਹੁਣ ਸਮਾਂ ਤਾਂ ਪਰਮਾਤਮਾ ਨੇ ਬਣਾਇਆ, ਉਹਨੇ ਕਿਸੇ ਨੇ ਪਹਿਲਾਂ ਜਾਣਾ ਕਿਸੇ ਨੇ ਪਿੱਛੇ ਜਾਣਾ, ਇਹ ਤਾਂ ਕਿਸੇ ਦੇ ਵੱਸ ਨਹੀਂ। ਹੁਣ ਮੈਂ ਤਾਂ ਇਹੀ ਹੋਣੀ ਇਹਦਾ ਜੀਵਨ ਪਰਮਾਤਮਾ ਸਫਲ ਕਰੇ, ਇਹਦੀ ਗੱਡੀ ਵੀ ਚੱਲਣ ਲੱਗ ਜਾਵੇ, ਸਰਕਾਰ ਅੱਗੇ ਹੱਥ ਜੋੜਦੀ ਹੈ, ਇਹਦੀ ਮਦਦ ਕਰੇ, ਇਹਦੇ ਬੱਚਿਆਂ ਦੀ ਕਰੇ। ਹਾਂ ਤੁਸੀਂ ਦੱਸੋ ਤੁਹਾਡਾ ਤਾਂ ਕੰਮ ਹੈ ਵੀ ਕੀ ਅਸੀਂ ਭਰ ਕੇ ਦੇਈਏ ਜਿਹਦੇ ਨਾਲ ਉਹ ਮਦਦ ਸਰਕਾਰ ਨੂੰ ਪਹੁੰਚੇ ਗੱਲ ਅਤੇ ਕਰੇ, ਅਤੇ ਤੁਸੀਂ ਇਹ ਕਰ ਸਕਦੇ ਹਾਂ, ਤੁਸੀਂ ਵਿਚੋਲੇ ਹੈ ਇਸ ਗੱਲ ਦੇ। ਹਾਂ ਬਿਲਕੁਲ ਕਰਾਂਗੇ ਜੀ। ਹਾਂਜੀ ਅਤੇ ਇੰਟਰਵਿਊਆਂ ਵੀ ਫਰਜ਼ ਬਣਦਾ ਹੈਗਾ ਕਿ ਇਹ ਵੀਡੀਓ ਜਿਹੜੀ ਹੈ ਲੋਕਾਂ ਤੱਕ ਪਹੁੰਚੇ, ਕਿਸੇ ਮਦਦਗਾਰ ਦੀ ਜਿਹੜਾ ਹੈਗਾ ਉਹ ਇਹ ਵੀਡੀਓ ਨੂੰ ਦੇਖੇ ਅਤੇ ਉਹ ਜਾਗ ਪਏ। ਹਾਂਜੀ ਫਿਰ ਮੈਂ ਇਹ ਕਹਿੰਦੀ ਹਾਂ ਇਹ ਸਰਕਾਰ ਜੇ ਕਰ ਦੇਊਗੀ ਤਾਂ ਸਰਕਾਰ ਦੇ ਗੁਣ ਗਾਵਾਂਗੇ, ਸਾਡੇ ਸਰਕਾਰ ਚੰਗੀ ਆ ਜੀ। ਜੇ ਸਰਕਾਰ ਪੁੱਛੂਗੀ ਨਾ ਆਪਣੇ ਵਾਸਤੇ ਤਾਂ ਅਸੀਂ ਵੋਟਾਂ ਸਿੱਟੇ ਆਏ ਖੂਹ 'ਚ, ਬਿਲਕੁਲ ਵੋਟ ਦੀ ਕੀਮਤ ਹੀ ਨਹੀਂ, ਇਨਸਾਨ ਦੀ ਕੀਮਤ ਵੋਟ ਨਾਲ ਜ਼ਿਆਦਾ ਹੈ, ਅਤੇ ਫਿਰ ਇਨਸਾਨ ਕੀ ਕਰੂਗਾ ਵੋਟਾਂ ਪਾ ਕੇ। ਸਰਕਾਰ ਤਾਂ ਆਪਦੇ ਵਾਸਤੇ ਲਿਆਉਂਦੀ ਆ ਜਨਤਾ ਵੀ ਇਹਨੇ ਸਾਡੇ ਕੰਮ ਸੁਆਰੇ, ਸਾਡੀ ਆਵਾਜ਼ ਸੁਣੇ, ਸਾਡੀ ਆਵਾਜ਼ ਸੁਣੇ। ਅਤੇ ਉਹ ਫਿਰ ਜਦੋਂ ਕੁਰਸੀ ਆ ਜਾਂਦੀ ਕੁਰਸੀ ਨੂੰ ਪਿਆਰ ਕਰਦੇ, ਅਗਲੇ ਇਨਸਾਨ ਨੂੰ ਕੋਈ ਨਹੀਂ ਜਾਣਦਾ, ਕਦੇ ਆਣ ਕੇ ਗੇੜਾ ਨਹੀਂ ਮਾਰਦੇ ਕਿਤੇ ਵੀ। ਪਰ ਮੈਨੂੰ ਤਾਂ ਪੁੱਤਰ ਇੰਨੀਆਂ ਕੁ ਗੱਲਾਂ ਆਉਂਦੀਆਂ ਗਾਂ, ਤੁਸੀਂ ਇਹ ਹੁਣ ਵਿਚੋਲੇ ਤੁਸੀਂ ਆ, ਇੰਨੀਆਂ ਇੰਟਰਵਿਊਆਂ ਹੋ ਚੁੱਕੀਆਂ ਮੇਰੀ ਲੜਕੀ ਦੀਆਂ, ਹਜੇ ਕੋਈ ਬਿਲਕੁਲ ਹੀ ਆਵਾਜ਼ ਨਹੀਂ ਆਈ ਵੀ ਮੇਰੀ ਲੜਕੀ ਦੇ ਬਾਰੇ ਕਿਸੇ ਨੇ ਸੋਚਿਆ ਹੋਵੇ, ਸਰਕਾਰ ਨੇ ਬਿਲਕੁਲ ਸੋਚਿਆ। ਹਾਂ ਇਹ ਤੁਸੀਂ ਹੁਣ ਮਦਦ ਕਰਨੀ ਹੈ, ਇਹ ਤੁਸੀਂ ਪਹੁੰਚਾਉਣੀ ਸਰਕਾਰ ਤੱਕ ਬੋਲੀ ਆਵਾਜ਼ ਹੈ ਗੱਲ। ਸੋ ਇਹ ਕਹਾਣੀ ਹੈ ਇੱਕ ਭੈਣ ਦੀ ਜਿਸਨੇ ਜ਼ਿੰਦਗੀ ਅਤੇ ਹੁਣ ਤੱਕ ਦੇ ਸਫ਼ਰ ਦੇ ਵਿੱਚ ਸਿਰਫ ਔਕੜਾ ਹੀ ਔਕੜਾ ਦੇਖਿਆ, ਲੇਕਿਨ ਉਸਨੇ ਕਦੇ ਨਿਰਾਸ਼ਾ ਨਹੀਂ ਜਾਂ ਫਿਰ ਕਹਿ ਦਈਏ ਕਿ ਉਸਨੇ ਕਦੇ ਹੌਸਲਾ ਨਹੀਂ ਹਾਰਿਆ। ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਜੇ ਤਾਂ ਜੋ ਕਿਸੇ ਮਦਦਗਾਰ ਤੱਕ ਇਹ ਵੀਡੀਓ ਪਹੁੰਚੇ, ਅਤੇ ਉਹ ਮਦਦ ਦਾ ਹੱਥ ਹੈ ਬਲਵਿੰਦਰ ਕੌਰ ਤੱਕ ਪਹੁੰਚੇ, ਅਤੇ ਨਾਲ ਹੀ ਉਹਨਾਂ ਵੱਲੋਂ ਜਿਹੜੀ ਇੱਕ ਮੰਗ ਕੀਤੀ ਗਈ ਹੈ ਕਿ ਸਰਕਾਰਾਂ ਵੀ ਉਹਨਾਂ ਦੀ ਜਿਹੜੀ ਬਾਂਹ ਫੜੇ ਤਾਂ ਜੋ ਉਸਦੀ ਬੇਟੀ ਜਿਹੜੀ ਹੈ ਜਾਂ ਇਸ ਤਰ੍ਹਾਂ ਦੇ ਜਿਹੜੇ ਲੋਕ ਹੈ ਜਿੰਦਾ ਦਿੱਲੀ ਦੀ ਜਿਹੜੀ ਮਿਸਾਲ ਹੈ ਲੋਕਾਂ ਲਈ ਪ੍ਰੇਰਣਾ ਬਣ ਸਕਣ। ਅਜਿਹੀਆਂ ਹੋਰ ਵੀਡੀਓਜ਼ ਦੇ ਨਾਲ ਤੁਹਾਡੇ ਸਾਹਮਣੇ ਪੇਸ਼ ਹੋਵਾਂਗੇ, ਉਦੋਂ ਤੱਕ ਮੈਨੂੰ ਦਿਓ ਇਜਾਜ਼ਤ, ਧੰਨਵਾਦ।